ਕੀ ਗੱਲ ਭਾਈ, ਉੱਠਿਆ ਨਹੀਂ ਦੀਪ ਅਜੇ? ਨਹੀਂ ਬਾਪੂ ਜੀ, ਉੱਠਿਆ ਨਹੀਂ ਅਜੇ। ਓਏ ਉੱਠ ਖੜ ਨਕੰਮਿਆ ਬੰਦਿਆ, ਉਹ ਦੁਕਾਨ ਖੋਲ ਲੈ ਜਾ ਕੇ। ਉਹ ਜੇ ਖੋਲਣੀ ਨਹੀਂ ਸੀ ਤਾਂ ਫਿਰ ਕੀਤੀ ਕਿਉਂ ਸੀ? ਗੋਡੇ ਗੋਡੇ ਦਿਨ ਚੜ ਗਿਆ, ਇਹ ਅੰਦਰੀ ਸੁੱਤਾ ਪਿਆ। ਉਹ ਤੇਰਾ ਭਰਾ ਦੇਖ ਲਾ, ਉਹਦਾ ਕੰਮ ਧੰਦੇ ਨਿਬੇੜ ਕੇ ਡਿਊਟੀ ਤੇ ਵੀ ਜਾ ਵੜਿਆ। ਉਹ ਤੈਨੂੰ ਸੁਣਿਆ ਨੀ ਅਜੇ? ਉੱਠਦਾ ਕਿ ਮਾਇਆ ਮੰਦਰ। ਬਾਪੂ ਯਾਰ, ਤੂੰ ਤੜਕੇ ਤੜਕੇ ਦਾ ਨੇੜੇ ਲੱਗ ਜਾਂਦਾ ਨਾ, ਤੜਕੇ ਤੜਕੇ ਤੂੰ ਵੀ ਦੁਕਾਨ ਖੋਲ ਸਕਦਾ ਗਾ। ਮੁੜ ਕੇ ਸਾਰਾ ਦਿਨ ਮੈਂ ਹੀ ਬੈਠਣਾ ਹੁੰਦਾ, ਨਾਲੇ ਨਾ ਮੇਰੇ ਕੋਲ ਵੱਡੇ ਦੀ ਗੱਲ ਨਾ ਕਰਿਆ ਕਰ। ਇਹ ਅੱਡ ਬੇਟ ਹੈਗਾ, ਮੈਂ ਤਾਂ ਲੈ ਕੇ ਨਹੀਂ ਖਾਣਾ। ਉਹ ਲੈ ਕੇ ਤਾਂ ਨਹੀਂ ਖਾਣਾ ਉਹ ਕੰਜਰਾ, ਮੈਂ ਤਾਂ ਤੇਰੇ ਭਲੇ ਵਾਸਤੇ ਕਹਿੰਦਾ। ਮੈਂ ਕੋਈ ਠੇਕਾ ਨਹੀਂ ਲਿਆ ਤੇਰੀ ਦੁਕਾਨ ਖੋਲਣ ਦਾ, ਖੋਲਣੀ ਆ ਚਾਹੇ ਨਾ ਖੋਲ। ਅੱਧੀ ਰਾਤ ਤੱਕ ਮੋਬਾਈਲ ਚੁੰਗਲਾ ਮਾਰਦਾ ਰਹਿੰਦਾ, ਤੜਕੇ ਉੱਠਿਆ ਨਹੀਂ ਜਾਂਦਾ। ਪਤਾ ਨਹੀਂ ਕੀ ਲੱਭਦਾ ਰਹਿੰਦਾ ਅੱਧੀ ਰਾਤ ਤਾਈਂ ਮੋਬਾਈਲਾਂ 'ਚ। ਇਹ ਉਹ ਲੱਭਣਾ ਕੀ ਹੈ ਬਾਪੂ, ਉਹ ਕੱਲ ਵੀਡੀਓ ਬਣਾਈ ਸੀ, ਉਹ ਐਡਿਟ ਕਰਦਾ ਸੀ ਰਾਤ ਯਾਰ। ਮੈਂ ਬਣਾਈ ਸੀ ਵੀਡੀਓ ਇਹਨੇ, ਉਹ ਯਾਰ ਵੀਡੀਓ ਵੀਡੀਓ ਉਹਨੇ ਰੋਟੀ ਨਹੀਂ ਦੇਣੀ ਤੈਨੂੰ। ਇਹ ਕੰਜਰ ਕਿੱਦਾਂ ਪੈਸੇ ਵਾਲਿਆਂ ਦਾ ਹੁੰਦਾ, ਮੈਨੂੰ ਛੱਡ ਦੇ ਕਿਸੇ ਨੂੰ ਮੂੰਹ ਦਿਖਾਉਣ ਜੋਗਾ। ਉਹ ਬਾਪੂ ਹੁਣ ਤਾਂ ਤੇਰੇ ਪੁੱਤ ਨੂੰ ਆਸੇ ਪਾਸੇ ਦੇ ਪਿੰਡਾਂ ਦੇ ਲੋਕ ਵੀ ਜਾਣਨ ਲੱਗ ਗਏ। ਉਹ ਥੋੜ੍ਹਾ ਟਾਈਮ ਖਰਜਾ, ਹੁਣ ਆ ਜਾਂਦੇ ਯੂਟਿਊਬ ਤੋਂ ਪੈਸੇ, ਫਿਰ ਦੇਖੀ ਤੇਰੇ ਪੁੱਤੀ ਚੜ੍ਹਾਈ। ਉਹ ਆ ਘਰ ਦੀ ਥਾਂ 'ਤੇ ਕੋਠੀ ਪਾ ਦੂੰ, ਕੋਠੀ ਕੋਠੀ ਨਾ, ਮੈਂ ਤਾਂ ਨਾ ਕਿਤੇ ਕੋਠਾ ਨਾ ਪਾ ਦੇ ਤੂੰ। ਉਹ ਰਹਿਣ ਦੇ ਰਹਿਣ ਦੇ, ਕਿਤੇ ਜਵਾਨੀ ਮਿਲੀ ਤਾਂ ਹੈ ਨਹੀਂ ਤੇਰੀ ਯੂਟਿਊਬ 'ਚੋਂ, 5 ਸਾਲ ਹੋ ਗਏ ਮੱਥਾ ਮਾਰੀ ਜਾਂਦੇ ਨੂੰ। ਤੂੰ ਨਾ ਮੇਰੀ ਕਦੇ ਗੱਲ ਮੰਨੀ, ਉਹ ਜਦੋਂ ਬਣ ਗਿਆ ਨਾ ਸਟਾਰ, ਫਿਰ ਐਂ ਹੁੱਬ ਕੇ ਕਹਿ ਕਰੇਗਾ ਵੀ ਆ ਮੇਰਾ ਪੁੱਤ ਆ। ਨਾਲੇ ਨਾ ਮੈਥੋਂ ਦੁਕਾਨ ਨਹੀਂ ਖੋਲਦੀ ਹੁਣ, ਮੈਂ ਜਿਸ ਕਾਰਨ ਕੇ ਪਿੰਡ ਜਾਣਾ ਲੰਡੇ ਵੀਡੀਓ ਕਰਨ ਵਾਸਤੇ, ਦੁਕਾਨ ਖੋਲਣੀ। ਉਹ ਕੱਖ ਨਹੀਂ ਦੇਣਾ ਇਹਨਾਂ ਫਿਲਮਾਂ ਫੁਲਮਾਂ ਵਾਲਿਆਂ ਨੇ ਤੈਨੂੰ। ਇੱਥੇ ਵੱਡਿਆਂ ਵੱਡਿਆਂ ਤੋਂ ਨਾਂ ਨਹੀਂ ਬਣਿਆ, ਇਹ ਆ ਗਿਆ ਨਾਂ ਬਣਾਉਣ ਵਾਲਾ ਵੱਡਾ ਧਰਮਿੰਦਰ। ਅਖੇ ਕੱਲ ਦੀ ਭੂਤਨੀ ਤੇ ਸਿਵਿਆਂ ਚੱਦ ਲਿਆ ਪੁੱਤ, ਮੈਨੂੰ ਫੜਾ ਚਾਬੀ, ਮੈਂ ਖੋਲਦਾ ਦੁਕਾਨ। ਇਹਨੇ ਸਾਲੇ ਨਿਕੰਮੇ ਨੇ ਕੀ ਕਰਨਾ? ਹਲੋ ਬਾਪੂ ਜੀ, ਇਹਨੇ ਤਾਂ ਭੁੱਖਾ ਮਰਨਾ, ਨਾਲੇ ਸਾਨੂੰ ਮਾਰਨਾ। ਵੇਖੋ ਜੀ, ਮੰਨਦੀ ਹਾਂ ਮੈਂ ਤੁਹਾਡਾ ਸ਼ੌਂਕ ਹੈ ਇਹ, ਪਰ ਇਹੋ ਜਿਹੇ ਸ਼ੌਂਕਾਂ ਨਾਲ ਘਰ ਨਹੀਂ ਚੱਲਦੇ ਹੈਗੇ। ਬਾਪੂ ਜੀ ਸਹੀ ਕਹਿੰਦੇ ਨੇ, ਅੱਗੇ ਤੁਸੀਂ ਆਪ ਸਿਆਣੇ ਹੋ ਨਾ, ਹੁਣ ਤੂੰ ਵੀ ਬਾਪੂ ਦੇ ਮਗਰ ਲੱਗਦੀ ਹੈ ਨਾ, ਤੈਨੂੰ ਮੇਰੇ 'ਤੇ ਵਿਸ਼ਵਾਸ ਹੈ ਨਹੀਂ ਗਾ? ਵਿਸ਼ਵਾਸ ਤਾਂ ਮੈਨੂੰ ਤੁਹਾਡੇ 'ਤੇ ਰੱਬ ਤੋਂ ਵੀ ਜ਼ਿਆਦਾ, ਪਰ ਆਪਾਂ ਲੋਕਾਂ ਦਾ ਕਰਜ਼ਾ ਬਹੁਤ ਦੇਣਾ, ਉੱਤੋਂ ਰਿਸ਼ਤੇਦਾਰ ਰਿਸ਼ਤੇਦਾਰ ਚਿੱਡਾਂ ਕਰਦੇ ਨੇ ਵੀ ਦੀਪ ਨੇ ਕੀ ਕੰਮ ਫੜਿਆ ਹੋਇਆ। ਬਾਪੂ ਜੀ ਦੇ ਕੰਨ ਵੀ ਤਾਂ ਉਹੀ ਭਰਦੇ ਨੇ, ਉਹਨਾਂ ਨੂੰ ਭੜਕਾ ਦਿੰਦੇ ਨੇ, ਬਾਪੂ ਜੀ ਵੀ ਕੀ ਕਰਨ ਵਿਚਾਰੇ। ਹੁਣ ਆਪਾਂ ਲੋਕਾਂ ਦਾ ਮੂੰਹ ਤਾਂ ਨਹੀਂ ਨਾ ਫੜ ਸਕਦੇ ਹੈਗੇ। ਦੇਖ ਪਹਿਲੀ ਗੱਲ ਤਾਂ, ਜੇ ਤੈਨੂੰ ਮੇਰੇ 'ਤੇ ਵਿਸ਼ਵਾਸ ਹੈ ਨਾ, ਤਾਂ ਮੇਰੇ ਕੋਲ ਇਹੋ ਜਿਹੀਆਂ ਗੱਲਾਂ ਨਾ ਕਰ। ਹਜੇ ਨਾ ਦਿਨਾਂ ਦਾ ਫੇਰ ਹੈ, ਹੋ ਜਾਂਦੇ ਬਾਬੇ ਦੀ ਕਿਰਪਾ, ਫਿਰ ਨਾ ਆਹੀ ਰਿਸ਼ਤੇਦਾਰ ਨਾ ਮਗਰ ਮਗਰ ਫਿਰਨਗੇ। ਨਾਲੇ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵੀ ਰੋਟੀ ਖਾਣ ਵੇਲੇ ਇਹੋ ਜਿਹੀ ਗੱਲ ਨਾ ਕਰਿਆ ਕਰ। ਰੋਟੀ ਖਾਣ ਦੀ ਉੱਭਰ ਕਰਤੀ ਮੇਰੀ, ਰੋਟੀ ਤੇ ਖਾ ਲੈਂਦੇ, ਰੋਟੀ ਨਾਲ ਕਾਹਦਾ ਗੁੱਸਾ। ਹੇ ਸੱਚੇ ਪਾਤਸ਼ਾਹ, ਮੈਂ ਤੇਰੇ ਤੋਂ ਕਦੇ ਕੁਝ ਨਹੀਂ ਮੰਗਿਆ, ਬਸ ਇਹੀ ਅਰਦਾਸ ਹੈ ਕਿ ਇਹਨਾਂ ਦੇ ਸਾਰੇ ਸੁਪਨੇ ਪੂਰੇ ਹੋ ਜਾਣ।
ਯਾਰ ਬੜਾ ਬੰਦਾ ਦੀਪ, ਆਪਾਂ ਨੂੰ ਟਾਈਮ ਦੇ ਕੇ ਆਪ ਆਏ ਨੀ, ਘੰਟਾ ਹੋ ਗਿਆ ਡੀਕ ਕਰੀ ਜਾਂਦੇ ਨੂੰ। ਯਾਰ ਲੈ ਆ ਆਉਂਦਾ। ਕੀ ਗੱਲ ਹੋ ਗਈ? ਲੇਟ ਹੋ ਗਿਆ, ਅਸੀਂ ਸਾਰੇ ਤੇਰੀ ਵੇਟ ਕਰੀ ਜਾਂਦੇ ਆ। ਵੀਡੀਓ ਬਣਾਉਣ ਜਾਣਾ ਅੱਜ? ਕਾਹਦੀ ਵੀਡੀਓ ਯਾਰ, ਹੁਣ ਤਾਂ ਬਾਪੂ ਵੀ ਗਾਲਾਂ ਕੱਢਦਾ, ਕਹਿੰਦਾ ਆ ਕੀ ਕੰਜਰ ਕਿੱਤਾ ਫੜਿਆ ਤੂੰ। ਮੈਂ ਨੀ ਯਾਰ ਵੀਡੀਓ ਵੀਡੀਓ ਬਣਾਉਣ ਜਾਂਦਾ ਹੁਣ ਕਿਤੇ ਵੀ। ਪ੍ਰਦੀਪ, ਇਹ ਤੇਰੇ ਇਕੱਲੇ ਦੇ ਘਰ ਦੀ ਕਹਾਣੀ ਨਹੀਂ, ਜਿਹੜਾ ਵੀ ਸਟਰਗਲ ਕਰਦਾ ਨਾ ਉਹਦੇ ਨਾਲ ਆਈ ਹੁੰਦੀ ਹੈ। ਨਾ ਬਈ, ਤੇਰੇ ਨਾਲ ਵੀ ਘਰੇ ਆਈ ਹੁੰਦੀ ਆ। ਤੇ ਹੋਰ ਭਰਾਵਾ, ਮੈਂ ਤਾਂ ਆਪ ਸੁਭਾਅ ਸੁਭਾਅ ਸਲੋਕ ਸੁਣ ਕੇ ਆਇਆ। ਨਾ ਕਿਵੇਂ? ਲੈ ਸੁਣ ਫਿਰ। ਉਹ ਨਿਕੰਮਿਆ, ਉਹ ਨਿਕੰਮਿਆ, ਕੋਈ ਕੰਮ ਧੰਦਾ ਵੀ ਕਰ ਲਿਆ ਕਰ, ਝਾਵਿਆ ਝਾਵਾਂ ਹੀ ਰਹੇਗਾ। ਉਹ ਕਮਾਈ ਦਾ ਕਲਾਕਾਰ ਤੇ ਕੰਪਨੀਆਂ ਵਾਲੇ ਕਰ ਜਾਂਦੇ ਆ, ਲੇਖਕ ਤਾਂ ਹੁੰਦੇ ਹੀ ਝਾਵੇਂ ਆ। ਆਹ ਬਾਪੂ ਤੂੰ ਬਹੁਤ ਵਧੀਆ ਲਫ਼ਜ਼ ਕਿਹਾ। ਜਿਹੜਾ ਝਾਵੇਂ ਹੁੰਦੇ ਨਾ ਉਹ ਲੋਕਾਂ ਦੇ ਪੈਰਾਂ ਦੀ ਮੈਲ ਲਾਉਂਦੇ ਆ, ਤੇ ਲੇਖਕ ਕਲਮ ਦੇ ਨਾਲ ਸਮਾਜ ਦੀ ਮੈਲ ਲਾਉਂਦੇ ਆ। ਨਾਲੇ ਬਾਪੂ ਕਮਾਈ ਨੂੰ ਛੱਡ, ਲੇਖਕ ਦਾ ਸਮਾਜ 'ਚ ਨਾਂ ਤਾਂ ਬਣਦਾ ਨਾ। ਉਹ ਸਵਾ ਨਾਂ ਬਣਦਾ, 100 ਚੋਂ 10 ਬੰਦਿਆਂ ਨੂੰ ਪਤਾ ਹੁੰਦਾ ਵੀ ਫਿਲਮ ਜਾਂ ਗਾਣਾ ਕਿਹੜੇ ਲੇਖਕ ਦਾ ਲਿਖਿਆ। ਉਹ ਨਾਂ ਤਾਂ ਉਹਨਾਂ ਦਾ ਹੀ ਬਣਦਾ, ਕਲਾਕਾਰਾਂ ਦਾ ਹੀ ਬਣਦਾ ਨਾਂ। ਉਹ ਬਾਪੂ ਹੁਣ ਮੇਰਾ ਤਾਂ ਨਿੱਤ ਅਖਬਾਰਾਂ 'ਚ ਨਾਂ ਆਉਂਦਾ। ਅਖਬਾਰਾਂ 'ਚ ਨਾਂ ਤਾਂ ਮਾੜੇ ਬੰਦਿਆਂ ਦੇ ਵੀ ਬਹੁਤ ਆਉਂਦੇ ਆ। ਬਾਪੂ ਜੀ, ਇਕੱਲੇ ਨਾਂ ਨੂੰ ਕੀ ਆਪਾਂ ਚੱਟਣਾ, ਨਾਂ ਦੇ ਨਾਲ ਘਰਾਂ ਦੇ ਚੁੱਲ੍ਹੇ ਨਹੀਂ ਤਪਦੇ। ਆਹ ਕਾਪੀਆਂ ਕਿਤਾਬਾਂ ਤਾਂ ਮੇਰੀਆਂ ਦੁਸ਼ਮਣਾਂ ਬਣੀਆਂ ਪਈਆਂ ਨੇ। ਨਾ ਮੇਰੇ ਨਾਲ ਚੱਜ ਨਾਲ ਕੋਈ ਗੱਲ ਕਰਦਾ, ਸਾਰਾ ਦਿਨ ਕਿਤਾਬਾਂ ਹੀ ਪੜ੍ਹਦਾ ਰਹਿੰਦਾ, ਫਿਰ ਗਾਇਕਾਂ ਨੂੰ ਫੋਨ ਲਾ ਲਾ ਕੇ ਉਹਨਾਂ ਦੇ ਤਰਲੇ ਕਰਦਾ। 20,000 ਰੁਪਏ ਖਰਚ ਕੇ ਆਹ ਕਿਤਾਬ ਛਪਾਤੀ, ਜਿਹੜੀ ਹੁਣ ਮੁਫਤੀ ਵੰਡਦਾ ਫਿਰਦਾ। ਮੈਂ ਰੱਜੀ ਇਹਦੇ ਇਹੋ ਜਿਹੇ ਨਾਂ ਤੋਂ, ਅਸੀਂ ਤਾਂ ਗੁੰਮਨਾਮ ਹੀ ਚੰਗੇ ਹਾਂ। ਉਹ ਯਾਰ, ਇੰਨੇ ਪੜ੍ਹੇ ਲਿਖੇ ਬੰਦੇ ਨਾਲ ਇੰਨੀ ਕੁੱਤੇ ਖਾਣੀ? ਹੋਰ, ਇੰਨੀ ਕੁ ਕੁੱਤੇ ਖਾਣੀ ਤਾਂ ਮੇਰੇ ਨਾਲ ਰੋਜ਼ ਹੀ ਹੁੰਦੀ ਆ। ਜਿਸ ਕਾਰਨ ਬਾਈ, ਮਲਾਈ ਖਾਣ ਵਾਲੇ ਤਾਂ ਹੋਰ ਨੇ, ਆਹ ਸੱਸ ਤਾਂ ਢੋਲਕੀਆਂ ਬਾਜੀ ਵਾਲੇ ਨਹੀਂ ਸੂਤ ਆਉਂਦੇ। ਇਹਨਾਂ 'ਚ ਇੱਕ ਜਣਾ ਸੰਗੀਤਕਾਰ ਬਣ ਕੇ ਲੁੱਟੀ ਜਾਂਦਾ, ਅਤੇ ਆਹ ਟੀਵੀ ਚੈਨਲ ਵਾਲੇ 10,000 ਰੁਪਇਆ ਲੈਂਦੇ 2 ਮਿੰਟਾਂ ਦਾ, ਅਤੇ ਆਹ ਕੰਪਨੀ ਵਾਲੇ ਤਾਂ ਉਹ ਹੀ ਕੱਪੜੇ ਲਾਉਂਦੇ ਨੇ। ਆ ਤੇਰੀ ਗੱਲ ਸਹੀ ਆ ਬਿਲਕੁਲ ਬਾਈ, ਊਂ ਤੇਰਾ ਸਾਥ ਤਾਂ ਘਰ ਵਾਲੇ ਦਿੰਦੇ ਹੋਣਗੇ, ਗਾਉਣ ਵਾਲਿਆਂ ਨੂੰ ਤਾਂ ਲੋਕ ਹੱਥਾਂ 'ਤੇ ਚੱਕੀ ਫਿਰਦੇ ਆ। ਉਹ ਕਿੱਥੋਂ ਬਾਈ, ਕਿੱਥੋਂ ਸਾਥ ਦਿੰਦੇ ਆ ਘਰ ਦੇ? ਆਹ ਜਿਹੜੀ ਮੇਰੇ ਨਾਲ ਹੁੰਦੀ ਆ ਨਾ, ਰੱਬ ਕਿਸੇ ਨਾਲ ਨਾ ਕਰੇ। ਆਹ ਸੁਣ ਲਾ ਮੇਰਾ ਅੱਜ ਦਾ ਹਾਲ। ਮੰਮੀ, ਆ ਕੱਟਾ ਕਿਹਦਾ ਰਿੰਗੀ ਜਾਂਦਾ? ਉੱਤੇ ਕੱਟਾ ਨੀ, ਇਹ ਤਾਂ ਤੇਰਾ ਪਿਓ ਆ, ਤੜਕੇ ਤੜਕੇ ਮੱਝਾਂ ਡਰਾਉਣ ਲੱਗ ਜਾਂਦਾ, ਹੋਰ ਤੇ ਇਹਨੂੰ ਕੰਮ ਨੀ ਕੋਈ। ਚੁੱਪ ਕਰਦਾ ਕੀ ਕਰਾਵਾਂ ਚੁੱਪ। ਫੜ ਜਾ, ਮੈਂ ਚੁੱਪ ਕਰਾਉਣੀ ਆ ਤੈਨੂੰ। ਉਹ ਮਾਰਤਾ ਕੰਜਰ ਦੀ ਬਣਾਉਣੀ ਤੈਨੂੰ ਕਲਾਕਾਰ।
ਜਮੀਰ ਜਾਗ ਪੈਂਦੀ ਆ। ਆਖ ਲੱਚਰ ਗੀਤਾਂ ਮੈਂ ਗਾਉਂਦਾ ਨੀ, ਜਿਹੜੇ ਲੱਚਰ ਗੀਤ ਗਾਉਂਦੇ ਆ ਉਹਨਾਂ ਦੀ ਚੜ੍ਹਾਈ ਦੇ ਕਿੰਨੀ ਆ, ਉਹਨਾਂ ਤੋਂ ਸਿੱਖ ਲਾ ਕੁਛ। ਪਤਾ ਨੀ ਕੀ ਸਾਬਿਤ ਕਰਨਾ ਚਾਹੁੰਦਾ ਇਹ ਵੱਡਾ ਸਮਾਜ ਸੇਵੀ, ਸਾਰਾ ਦਿਨ ਘਰ ਫੂਕ ਤਮਾਸ਼ਾ ਦੇਖਦਾ ਰਹਿੰਦਾ। ਉਹ ਤੂੰ ਤੁਰ ਜਾ, ਮੇਰਾ ਗੀਤ ਰਿਕਾਰਡ ਹੋ ਜਾਂਦੇ, ਫਿਰ ਦੇਖੀ ਮੇਰੀ ਚੜ੍ਹਾਈ ਹੁੰਦੀ। ਤੇਰਾ ਆਮੂ ਨੀ ਰਹਿਣਾ, ਕਰਦੀ ਕੇ ਡਫਰੀ। ਤੇਰੇ ਨਾਲ ਤਾਂ ਘਰੇ ਯਾਰ ਸਾਰਿਆਂ ਨਾਲ ਮਾੜੀ ਹੁੰਦੀ ਹੈ। ਪਰ ਬਾਈ ਮੇਰੇ ਘਰ ਵਾਲੀ ਠੀਕ ਹੀ ਕਹਿੰਦੀ ਹੈ, ਆਪਾਂ ਬਣੀ ਫਿਰਦੇ ਹਾਂ ਵੱਡੇ ਸਮਾਜ ਸੇਵੀ। ਆਹ ਦੀਪ ਨੂੰ ਕਿੰਨੀ ਵਾਰ ਕਿਹਾ ਮੈਂ, ਯੂਟਿਊਬ 'ਤੇ ਗੰਦ ਮੰਦ ਪਾ ਕੇ ਸਬਸਕ੍ਰਾਈਬ ਵਧਾਇਆ ਜਾਂਦਾ ਇੱਕ ਆ, ਜਿਸ ਕਾਰਨ ਇਹਨੂੰ ਮੈਂ ਕਿੰਨੀ ਵਾਰ ਕਿਹਾ ਵੀ ਲਿਖਦੇ ਕੋਈ ਚੱਕਵੀਂ ਜਿਹੀ ਸਟੋਰੀ, ਨਾਲੇ ਮੈਂ ਤਾਂ ਹੁਣ ਚੱਕਵੀਂ ਜਿਹੀ ਗੀਤ ਹੀ ਗਾਊਂਗਾ ਬੰਦੂਖਾਂ ਬੰਦਾ ਖਾਣੇ, ਜਿਹੜੇ ਲੋਕ ਅੱਜ ਕੱਲ੍ਹ ਪਸੰਦ ਕਰਦੇ ਆ। ਮੰਨਦੇ ਹੀ ਨਹੀਂ ਪਤੰਦਰ। ਗੱਲ ਤੇਰੀ ਠੀਕ ਹੈ ਭਰਾਵਾ, ਬਥੇਰੀ ਸਮਾਜ ਸੇਵਾ ਕਰ ਲਈ, ਮੈਂ ਵੀ ਹੁਣ ਕੋਈ ਚੱਕ ਮਾਇਆ ਗਾਣਾ ਲਿਖਦਾ ਬੰਦੂਕਾਂ ਬੰਦਾਕਾਂ 'ਤੇ। ਲਿਖਦੇ ਫੇਰ ਹੀ ਚੜ੍ਹਾਈ ਹੋਊਗੀ ਆਪਣੀ। ਨਾ ਯਾਰ, ਤੁਸੀਂ ਆਹ ਕੀ ਗੱਲਾਂ ਕਰਨ ਲੱਗ ਗਏ, ਜਾਂ ਤੁਸੀਂ ਭੁੱਖੇ ਮਰਦੇ ਹੋ? ਉਹ ਨਾਲੇ ਸਾਰਾ ਕੁਝ ਆਪਾਂ ਇਹ ਸ਼ੌਂਕ ਲਈ ਕਰਦੇ ਹਾਂ। ਉਹ ਤੁਸੀਂ ਇੱਕ ਕਹਾਣੀ ਨਹੀਂ ਸੁਣੀ, ਉਹ ਇੱਕ ਵਾਰ ਇੱਕ ਜੰਗਲ 'ਚ ਅੱਗ ਲੱਗ ਜਾਂਦੀ ਹੈ, ਉੱਥੇ ਇੱਕ ਚਿੜੀ ਹੁੰਦੀ ਹੈ, ਉਹ ਆਪਣੀ ਚੁੰਝ ਨਾਲ ਪਾਣੀ ਭਰ ਕੇ ਉਹ ਅੱਗ 'ਤੇ ਪਾਉਂਦੀ ਹੈ। ਉੱਥੇ ਇੱਕ ਚਿੜੀ ਹੋਰ ਬੈਠੀ ਹੁੰਦੀ ਹੈ, ਉਹ ਦੇਖਦੀ ਹੈ, ਉਹ ਆ ਕੇ ਕਹਿੰਦੀ ਹੈ ਆਹ ਤੇਰੀ ਚੁੰਝ ਨਾਲ ਤਾਂ ਅੱਗ ਬੁੱਝਣੀ ਨਹੀਂ, ਤੂੰ ਕਿਉਂ ਹਰਾਸ਼ ਹੋਈ ਜਾਂਦੀ ਹੈ? ਉਹ ਕਹਿੰਦੀ ਮੈਨੂੰ ਪਤਾ ਵੀ ਇਹ ਅੱਗ ਨਹੀਂ ਬੁੱਝਣੀ, ਪਰ ਮੇਰਾ ਇਤਿਹਾਸ ਦੇ ਪੰਨਿਆਂ ਵਿੱਚ ਨਾ ਅੱਗ ਬੁਝਾਉਣ ਵਾਲੇ 'ਚ ਨਾ ਆਊਗਾ। ਉਹ ਕੁਝ ਚਿੜੀ ਤੋਂ ਸਿੱਖ ਲਓ, ਕੁਛ ਆਪਾਂ ਚੰਗਾ ਕਰਾਂਗੇ, ਉਹ ਤਾਂ ਹੀ ਤਾਂ ਆਪਣਾ ਚੰਗਾ 'ਚ ਨਾ ਆਊਗਾ, ਉਹ ਨਹੀਂ ਥੂ ਥੂ ਹੋਊਗੀ ਆਪਣੇ 'ਤੇ। ਤੇਰੀ ਗੱਲ ਜਮਾਂ ਸਹੀ ਆ ਦੀਪ ਬਾਈ, ਘੱਟ ਖਾ ਲਾਂਗੇ, ਪਰ ਆਪਾਂ ਬਦਨਾਮੀ ਨਹੀਂ ਘਟਣੀ। ਨਾਲੇ ਜਾਗਦੀਆਂ ਜ਼ਮੀਰਾਂ ਵਾਲੇ ਬਥੇਰੇ ਲੋਕ ਬੈਠੇ ਨੇ, ਜਿਹੜੇ ਸਾਨੂੰ ਪਹਿਲਾਂ ਵੀ ਪਸੰਦ ਕਰਦੇ ਸੀ ਅਤੇ ਅੱਗੇ ਵੀ ਪਸੰਦ ਕਰਦੇ ਰਹਿਣਗੇ। ਨਾਲੇ ਬਾਈ ਮੇਰੀ ਇੱਕ ਗੱਲ ਸੁਣ ਲਓ, ਅੱਜ ਤੋਂ ਨਾ ਤਾਂ ਤੂੰ ਕੋਈ ਗੰਦੀ ਵੀਡੀਓ ਬਣਾਉਣੀ ਆ, ਅਤੇ ਨਾ ਤੁਸੀਂ ਕੋਈ ਗੰਦਾ ਗੀਤ ਲਿਖਣਾ, ਅਤੇ ਮੇਰਾ ਵੀ ਗੰਦਾ ਗਾਣਾ ਗਾਉਣਾ ਅੱਜ ਤੋਂ ਕੈਂਸਲ। ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈੱਲ ਦੇ ਆਈਕਨ 'ਤੇ ਕਲਿੱਕ ਕਰੋ। ਜੇਕਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ। ਧੰਨਵਾਦ ਜੀ।